ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਮਾਮਲਾ ਕਾਫੀ ਗਰਮਾ ਗਿਆ ਸੀ ਤੇ ਇਸ ਤੋਂ ਬਾਅਦ ਸੁਖਪਾਲ ਖਹਿਰਾ ਨੇ ਆਪਣੇ ਬਾਗੀ ਸੁਰ ਤੇਜ਼ ਕਰ ਦਿੱਤੇ ਤੇ ਉਹਨਾਂ ਵੱਲੋਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਜਾ ਕੇ ਕਨਵੈਨਸ਼ਨਾਂ ਕੀਤੀਆਂ ਜਾ ਰਹੀਆਂ ਨੇ। ਇਸ ਦੇ ਚੱਲਦੇ ਹੀ ਉਹਨਾਂ ਨੇ ਬੀਤੀ ਕੱਲ ਸੰਗਰੂਰ ਵਿੱਚ ਇੱਕ ਕਨਵੈਨਸ਼ਨ ਕੀਤੀ, ਪਰ ਉੱਥੇ ਭਗਵੰਤ ਮਾਨ ਦੇ ਸਮਰਥਕਾਂ ਨੇ ਖਹਿਰਾ ਦਾ ਵਿਰੋਧ ਕਰਕੇ ਨਾਅਰੇਬਾਜ਼ੀ ਕੀਤੀ, ਜਿਸ ਕਰਕੇ ਖਹਿਰਾ ਨੂੰ ਉੱਥੋਂ ਖਿਸਕਣਾ ਪਿਆ। ਪਰ ਇਸ ਨਾਲ ਖਹਿਰਾ ਦੇ ਹੌਸਲੇ 'ਚ ਕੋਈ ਵੀ ਫਰਕ ਨਹੀਂ ਪਿਆ ਤੇ ਉਹਨਾਂ ਨੇ ਆਪਣੇ ਬਾਗੀ ਸੁਰਾਂ ਨੂੰ ਹੋਰ ਵੀ ਤੇਜ਼ ਕਰਦਿਆਂ ਲਾਈਵ ਹੋ ਕੇ ਇੱਕ ਹੋਰ ਮੋਗਾ ਵਿੱਚ ਰੱਖੀ ਕਨਵੈਨਸ਼ਨ ਬਾਰੇ ਜਾਣਕਾਰੀ ਦਿੱਤੀ। ਧਰਮਕੋਟ ਮੋਗਾ ਨਿਹਾਲ ਸਿੰਘ ਵਾਲਾ ਐਂਡ ਜਿਹੜਾ ਹੈਗਾ ਪ੍ਰੋਪਰ ਮੋਗਾ, ਇਹ 4 ਸੀਟਾਂ ਤੋਂ 1,52,000 ਦੀ ਲੀਡ ਸੀਗੀ ਪ੍ਰੋਫੈਸਰ ਸਾਧੂ ਸਿੰਘ ਨੂੰ, ਪਰੰਤੂ ਜਿਹੜਾ ਦਿੱਲੀ ਵਾਲਿਆਂ ਨੇ ਆਣ ਕੇ 2014 ਤੋਂ ਬਾਅਦ ਆਪਣੀ ਮਸ਼ੀਨ ਚੁੱਕ ਕੇ ਲਿਆਉਂਦੀ ਦਿੱਲੀਓਂ, ਇੱਥੇ ਗਲਤ ਟਿਕਟਾਂ ਦੀ ਵੰਡ ਕੀਤੀ ਔਰ ਧੋਖੇ ਧੜੀ ਕੀਤੀ ਪੰਜਾਬ ਦੇ ਲੋਕਾਂ ਦੇ ਨਾਲ। ਦੂਸਰੇ ਸਾਡੇ ਭਰਾ ਜਿਹੜੇ ਨੇ ਭਗਵੰਤ ਸਿੰਘ ਮਾਨ ਸਮੇਤ ਕੁਛ ਆਦਮੀ, ਉਹ ਕਹਿੰਦੇ ਕਿ ਨਹੀਂ ਦਿੱਲੀ ਵਾਲਾ ਮਾਡਲ ਹੀ ਠੀਕ ਸੀ। ਅਗਰ ਦਿੱਲੀ ਦਾ ਮਾਡਲ ਠੀਕ ਸੀਗਾ ਤਾਂ ਫਿਰ ਆਪਾਂ 100 ਸੀਟ ਕਰਦੇ ਕਰਦੇ 100 ਸੀਟ ਜਿੱਤੇ ਜੇ ਜਿੱਤਦੇ 20 ਸੀਟਾਂ 'ਤੇ ਕਿਉਂ ਆ ਗਏ। ਖਹਿਰਾ ਨੇ ਲਾਈਵ ਹੋ ਕੇ ਪੰਜਾਬੀਆਂ ਨੂੰ ਕਿਹਾ ਕਿ ਉਹ ਐਤਵਾਰ ਨੂੰ ਆਪ ਪਾਰਟੀ ਦੇ ਵਲੰਟੀਅਰ ਦੀ ਮੋਗਾ ਵਿੱਚ ਮੀਟਿੰਗ ਕਰ ਰਹੇ ਨੇ ਤੇ ਸਭ ਨੂੰ ਵੱਧ ਚੜ ਕੇ ਪਹੁੰਚਣ ਦੀ ਅਪੀਲ ਕੀਤੀ। ਹੋਰ ਉਹਨਾਂ ਨੇ ਕੀ ਕਿਹਾ, ਆਓ ਸੁਣਦੇ ਹਾਂ। ਕਿਉਂਕਿ ਪਰਸੋਂ ਨੂੰ ਐਤਵਾਰ ਵਾਲੇ ਦਿਨ ਆਮ ਆਦਮੀ ਪਾਰਟੀ ਦੀ ਵਲੰਟੀਅਰਸ ਕਨਵੈਨਸ਼ਨ ਮੋਗੇ ਵਿਖੇ ਹੋ ਰਹੀ ਹੈ ਤੇ ਮੋਗੇ 11 ਵਜੇ ਸੁਬਹਾ ਦਾ ਟਾਈਮ ਹੈਗਾ, ਆਪਾਂ ਸਾਰਿਆਂ ਨੇ ਉੱਥੇ ਮੋਗੇ ਇਕੱਠੇ ਹੋਣਾ ਵਾ। ਪਹਿਲਾਂ ਤਾਂ ਅਸੀਂ ਇਹ ਜਿਹੜੀ ਮੀਟਿੰਗ ਸੀਗੀ ਆਮ ਆਦਮੀ ਪਾਰਟੀ ਦੀ ਕਨਵੈਨਸ਼ਨ ਇੱਕ ਮੈਰਿਜ ਪੈਲੇਸ ਵਿੱਚ ਰੱਖੀ ਸੀ, ਲੇਕਿਨ ਜਿਹੜੇ ਔਰਗਨਾਈਜ਼ਰਸ ਆ ਸਾਡੇ ਭਰਾ ਸਾਰੇ, ਉਹਨਾਂ ਨੂੰ ਪਿਛਲੇ ਕੁਛ ਦਿਨਾਂ ਤੋਂ ਬਹੁਤ ਸਾਰੇ ਲੋਕਾਂ ਨੇ ਪਿੰਡਾਂ 'ਚੋਂ ਹੱਲਾਸ਼ੇਰੀ ਦਿੱਤੀ, ਸਪੋਰਟ ਜ਼ਿਆਦਾ ਦਿੱਤੀ, ਤਾਂ ਉਹਨਾਂ ਨੇ ਉਹ ਮੈਰਿਜ ਪੈਲੇਸ ਤੋਂ ਕੱਢ ਕੇ ਮੀਟਿੰਗ ਹੁਣ ਜਿਹੜੀ ਨਵੀਂ ਦਾਣਾ ਮੰਡੀ ਹੈ ਮੋਗਾ ਦੀ ਉੱਥੇ ਸਾਡੀ ਜਿਹੜੀ ਕਨਵੈਨਸ਼ਨ ਹੋਣ ਜਾ ਰਹੀ ਆ। ਤਾਂ ਮੈਂ ਤੁਹਾਨੂੰ ਸਭ ਨੂੰ, ਜਿੰਨੇ ਵੀ ਤੁਸੀਂ ਮੇਰੇ ਸਤਿਕਾਰਯੋਗ ਭਰਾ ਭੈਣ ਸੁਣ ਰਹੇ ਹੋ, ਦੇਖ ਰਹੇ ਹੋ ਮੋਗੇ ਦੇ ਆਲੇ ਦੁਆਲੇ ਹੋ, ਤੁਹਾਨੂੰ ਸਭ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਵਾਂ ਕਿ ਪਰਸੋਂ ਐਤਵਾਰ ਵਾਲੇ ਦਿਨ ਨਵੀਂ ਦਾਣਾ ਮੰਡੀ ਮੋਗਾ ਵਿਖੇ ਪਹੁੰਚ ਕੇ ਸਾਡਾ ਉਹ ਪ੍ਰੋਗਰਾਮ ਅਟੈਂਡ ਕਰਿਓ, ਸਾਡੇ ਨਾਲ ਖੜ ਕੇ ਪੰਜਾਬ ਅਤੇ ਪੰਜਾਬ ਦੇ ਹਿੱਤਾਂ ਦੀ ਗੱਲ ਆਪਾਂ ਵਿਚਾਰ ਵਟਾਂਦਰਾ ਕਰੀਏ ਅਤੇ ਸੁਣੀਏ ਇੱਕ ਦੂਜੇ ਨੂੰ। ਦੂਸਰਾ ਮੈਂ ਕਹਿਣਾ ਚਾਹੁੰਦਾ, ਇਹ ਮੋਗਾ ਆਮ ਆਦਮੀ ਪਾਰਟੀ ਦਾ ਬਹੁਤ ਸਟਰੋਂਗ ਹੋਲਡ ਸੀਗਾ। ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ 2014 ਦੀਆਂ ਮੈਂਬਰ ਪਾਰਲੀਮੈਂਟ ਦੀਆਂ ਇਲੈਕਸ਼ਨਸ ਹੋਈਆਂ ਸੀ, ਜਿਹਦੇ 'ਚ ਕਿ ਪ੍ਰੋਫੈਸਰ ਸਾਧੂ ਸਿੰਘ ਫਰੀਦਕੋਟ ਤੋਂ MP ਬਣੇ ਸੀ, ਇਕੱਲੇ ਮੋਗੇ ਜ਼ਿਲ੍ਹੇ 'ਚੋਂ 1,52,000 ਦੀ ਲੀਡ ਸੀ ਆਮ ਆਦਮੀ ਪਾਰਟੀ ਦੀ, ਮਤਲਬ ਟੋਟਲ ਜ਼ਿਲ੍ਹੇ 'ਚੋਂ 4 ਸੀਟਾਂ ਤੋਂ, ਜਿਹਦੇ 'ਚ ਮੋਗਾ, ਬਾਘਾ ਪੁਰਾਣਾ, ਨਿਹਾਲ ਸਿੰਘ ਵਾਲਾ ਅਤੇ ਕੋਟਕਪੂਰਾ। ਇਹਨਾਂ ਸੀਟਾਂ ਤੋਂ ਧਰਮਕੋਟ ਮੋਗਾ ਨਿਹਾਲ ਸਿੰਘ ਵਾਲਾ ਐਂਡ ਜਿਹੜਾ ਹੈਗਾ ਪ੍ਰੋਪਰ ਮੋਗਾ, ਇਹ 4 ਸੀਟਾਂ ਤੋਂ 1,52,000 ਦੀ ਲੀਡ ਸੀਗੀ ਪ੍ਰੋਫੈਸਰ ਸਾਧੂ ਸਿੰਘ ਨੂੰ, ਪਰੰਤੂ ਜਿਹੜਾ ਦਿੱਲੀ ਵਾਲਿਆਂ ਨੇ ਆਣ ਕੇ 2014 ਤੋਂ ਬਾਅਦ ਆਪਣੀ ਮਸ਼ੀਨ ਚੁੱਕ ਕੇ ਲਿਆਉਂਦੀ ਦਿੱਲੀਓਂ, ਇੱਥੇ ਗਲਤ ਟਿਕਟਾਂ ਦੀ ਵੰਡ ਕੀਤੀ ਔਰ ਧੋਖੇ ਧੜੀ ਕੀਤੀ ਪੰਜਾਬ ਦੇ ਲੋਕਾਂ ਦੇ ਨਾਲ, ਅਤੇ ਮੋਗੇ ਦੀ ਇਕੱਲੀ ਸੀਟ ਜਿਹੜੀ ਆ ਉਹ ਮੋਗੇ ਜ਼ਿਲ੍ਹੇ 'ਚੋਂ ਫਿਰ 3 ਸੀਟਾਂ ਆਮ ਆਦਮੀ ਪਾਰਟੀ ਹਾਰ ਗਈ। 1,52,000 ਦੀ ਲੀਡ ਤੋਂ ਅਲਟੀਮੇਟਲੀ 3 ਸੀਟਾਂ ਹਾਰ ਗਈ ਅਤੇ ਇਕੱਲਾ ਇੱਕ ਨਿਹਾਲ ਸਿੰਘ ਵਾਲੇ ਤੋਂ MLA ਬਣ ਸਕਿਆ ਆਮ ਆਦਮੀ ਪਾਰਟੀ ਦਾ। ਔਰ ਜਿਹੜਾ ਮੋਗੇ ਪ੍ਰੋਪਰ 'ਚੋਂ ਕਿਸੇ ਨੂੰ ਉਮੀਦਵਾਰ ਨੂੰ ਲਿਆ ਕੇ ਦਿੱਤਾ, ਉਹਨਾਂ 'ਤੇ ਬਹੁਤ ਵੱਡੇ ਇਲਜ਼ਾਮ ਲੱਗੇ, ਨਾ ਮੁੜ ਕੇ ਕਦੀ ਉਹ ਲੱਭੇ ਇਲੈਕਸ਼ਨ ਤੋਂ ਬਾਅਦ। ਮਿਸਟਰ ਗਰੋਵਰ ਸੀ ਸ਼ਾਇਦ, ਉਹਨਾਂ ਦਾ ਕੋਈ ਸਰੋਕਾਰ ਵੀ ਨਹੀਂ ਸੀ ਆਪਣੀ ਪਾਰਟੀ ਦੇ ਨਾਲ, ਲੇਕਿਨ ਦਿੱਲੀ ਦੇ ਲੋਕਾਂ ਨੇ ਆਣ ਕੇ ਗਲਤ ਟਿਕਟਾਂ ਦੀ ਵੰਡੇ, ਬੜਾ ਵੱਡਾ ਸਬੂਤ ਆ ਕਿ ਇੱਕ ਪਾਰਟੀ 1.5 ਲੱਖ ਦੇ ਕਰੀਬ ਵੋਟਾਂ ਜਿਤਾਉਂਦੀ ਆ ਮੈਂਬਰ ਪਾਰਲੀਮੈਂਟ ਵਿੱਚ 4 ਸੀਟਾਂ ਤੋਂ, 1.5 ਲੱਖ ਦੀ ਮਾਰਜਨ, ਮਤਲਬ ਸਮਝ ਲਓ 35-35, 40-40 ਹਜ਼ਾਰ ਮਾਰਜਨ ਔਸਤਨ ਆਉਂਦੀ ਆ ਮੋਗੇ ਦੇ ਵਿੱਚ ਜਿਹੜੀਆਂ ਸੀਟਾਂ ਜਿੱਤਦੀਆਂ। ਅਤੇ 2017 ਦੀ ਅਸੈਂਬਲੀ ਦੇ ਵਿੱਚ ਅਸੀਂ 3 ਹਾਰ ਜਾਂਦੇ, ਸਿਰਫ ਇੱਕ ਨਿਹਾਲ ਸਿੰਘ ਵਾਲਾ ਜਿੱਤਦੇ ਹਾਂ। ਇੱਥੋਂ ਇਹ ਸਾਫ ਜੱਗ ਜ਼ਾਹਰ ਹੋ ਜਾਂਦਾ ਵਾ ਕਿ ਟਿਕਟਾਂ ਦੀ ਵੰਡ ਅਤੇ ਇਹ ਸਾਰਾ ਜਿਹੜਾ ਆਣ ਕੇ ਦਿੱਲੀਓਂ ਸੈਕਟਰ ਇੰਚਾਰਜ, ਦੂਜੇ ਤੀਜੇ ਓਬਜ਼ਰਵਰ ਲਾਤੇ, ਸਾਰਾ ਕੰਮ ਫੇਲੀਅਰ ਸੀਗਾ, ਗਲਤ ਸੀ ਬਿਲਕੁਲ। ਇਸੇ ਕਰਕੇ ਸਾਡੀ ਹੁਣ ਜਿਹੜਾ ਇਹ ਲੜਾਈ ਚੱਲ ਰਹੀ ਆ ਕਿ ਸਾਰਾ ਪੰਜਾਬ ਦੇ ਆਉਣ ਵਾਲੇ ਸਮੇਂ ਦਾ, ਪੰਜਾਬ ਦੇ ਪ੍ਰਤੀ ਫੈਸਲੇ ਜਿਹੜੇ ਨੇ ਉਹ ਪੰਜਾਬੀਆਂ ਨੂੰ ਲੈਣ ਦਾ ਅਧਿਕਾਰ ਹੋਣਾ ਚਾਹੀਦਾ। ਜ਼ਿਆਦਾ ਕਸ਼ਮਕਸ਼ ਇਹੀ ਆ। ਦੂਸਰੇ ਸਾਡੇ ਭਰਾ ਜਿਹੜੇ ਨੇ ਭਗਵੰਤ ਸਿੰਘ ਮਾਨ ਸਮੇਤ ਕੁਛ ਆਦਮੀ, ਉਹ ਕਹਿੰਦੇ ਕਿ ਨਹੀਂ ਦਿੱਲੀ ਵਾਲਾ ਮਾਡਲ ਹੀ ਠੀਕ ਸੀ। ਅਗਰ ਦਿੱਲੀ ਦਾ ਮਾਡਲ ਠੀਕ ਸੀਗਾ ਤਾਂ ਫਿਰ ਆਪਾਂ 100 ਸੀਟ ਕਰਦੇ ਕਰਦੇ 100 ਸੀਟ ਜਿੱਤੇ ਜਿੱਤਦੇ 20 ਸੀਟਾਂ 'ਤੇ ਕਿਉਂ ਆ ਗਏ, ਅਤੇ ਫਿਰ 1900 ਵੋਟ 'ਤੇ ਸ਼ਾਹਕੋਟ ਵਿੱਚ ਕਿਉਂ ਪਹੁੰਚ ਗਏ, ਅਤੇ ਸਾਰੀਆਂ ਮਿਊਂਸੀਪਲ ਕਮੇਟੀਆਂ ਕੌਂਸਲਾਂ ਸਾਰੀਆਂ ਹਾਰ ਗਏ,
ਅਗਰ ਉਹ ਦਿੱਲੀ ਦਾ ਮਾਡਲ ਠੀਕ ਹੁੰਦਾ ਤਾਂ ਫਿਰ ਤਾਂ ਸਾਨੂੰ ਆਪਾਂ ਨੂੰ ਲਗਾਤਾਰ ਗਵਰਨਮੈਂਟ ਵੀ ਬਣਨੀ ਚਾਹੀਦੀ ਸੀ ਅਤੇ ਲਗਾਤਾਰ ਪਾਰਟੀ ਦੀ ਜਿੱਤ ਹੋਣੀ ਚਾਹੀਦੀ ਸੀ। ਸੋ ਮੇਰੀ ਅਪੀਲ ਹੈ ਸਭ ਨੂੰ ਹੱਥ ਜੋੜ ਕੇ ਕਿ ਪਰਸੋਂ ਨੂੰ ਐਤਵਾਰ ਵਾਲੇ ਦਿਨ 11 ਵਜੇ ਨਵੀਂ ਦਾਣਾ ਮੰਡੀ ਮੋਗਾ ਵਿਖੇ ਆਮ ਆਦਮੀ ਪਾਰਟੀ ਦੀ ਕਾਨਫਰੰਸ ਹੋਣ ਜਾ ਰਹੀ ਹੈ। ਆਪਾਂ ਯਤਨ ਕਰੀਏ ਕਿ ਜਿਹੜਾ 2017 ਵਾਲਾ 2014 ਦਾ ਮੈਂਬਰ ਪਾਰਲੀਮੈਂਟ ਵਾਲਾ ਮਾਹੌਲ ਸੀਗਾ ਜਦੋਂ ਮੋਗੇ 'ਚੋਂ 1,52,000 ਵੋਟਾਂ ਨਾਲ ਆਮ ਆਦਮੀ ਪਾਰਟੀ ਸਾਰੇ ਜ਼ਿਲ੍ਹੇ 'ਚੋਂ ਜਿੱਤ ਕੇ ਨਿਕਲੀ ਸੀਗੀ, ਆਪਾਂ ਉਸ ਨੂੰ ਬਰਕਰਾਰ ਕਰੀਏ ਤਾਂ ਕਿ ਰਵਾਇਤੀ ਪਾਰਟੀਆਂ ਤੋਂ ਖੇੜਾ ਚੜਾਇਆ ਜਾ ਸਕੇ। ਇਸ ਸੋਸ਼ਲ ਮੀਡੀਆ ਤੋਂ ਬਿਊਰੋ ਰਿਪੋਰਟ, ਚੈਨਲ ਪੰਜਾਬ।